ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਨੈਣੀ ਦੇ ਜੋ ਬੱਚੇ ਹਨ ਤਾਂ ਉਹਨਾਂ ਨੂੰ ਅਕਸਰ ਇੱਕ ਔਕੜ ਆਉਂਦੀ ਹੈ ਕਿ ਕਈ ਚੀਜ਼ਾਂ ਉਹ ਜਾਣਦੇ ਹਨ ਪਰ ਫਿਰ ਵੀ ਉਹਨੂੰ ਇੰਗਲਿਸ਼ ਵਿੱਚ ਰੂਪਾਂਤਰ ਜਾਂ ਪੰਜਾਬੀ ਵਿੱਚ ਉਸ ਚੀਜ਼ ਨੂੰ ਉਹਨਾਂ ਨੂੰ ਸਮਝ ਨਹੀਂ ਆਉਂਦੀ ਅਤੇ ਨੈਚੁਰਲੀ ਫਿਰ ਉਹ ਕੱਲ੍ਹ ਨੂੰ ਐਮਬੈਸੀ ਵਿੱਚ ਨੈਣੀ ਦੀ ਇੰਟਰਵਿਊ ਦੇ ਵਿੱਚ ਮਾਤ ਖਾ ਸਕਦੇ ਹਨ। ਤਾਂ ਯਾਦ ਰੱਖੋ, ਅੱਜ ਦਾ ਟੌਪਿਕ ਹੈ ਥਿੰਗਸ ਟੂ ਲੁੱਕ ਆਊਟ ਵਾਈਲ ਬਾਥਿੰਗ ਯੂਅਰ ਚਾਈਲਡ 0 to 3 years। 0 to 3 years ਦੇ ਬੱਚੇ ਜਿਨ੍ਹਾਂ ਦੀ ਦੇਖਭਾਲ ਲਈ ਨੈਨੀ ਜਾ ਰਹੀਆਂ ਹਨ, ਪੰਜਾਬੀ ਨੈਨੀਆਂ, ਲੜਕਾ ਜਾਂ ਲੜਕੀ, ਤਾਂ ਉਹਨਾਂ ਨੂੰ 10 ਜਿਹੜੀਆਂ ਬੈਸਟ ਟਿਪਸ ਮੈਂ ਦੇਣ ਚੱਲਿਆ ਹੈਗਾ। ਅੰਬੈਸੀ ਜ਼ਰੂਰ ਪੁੱਛਦੀ ਹੈ ਕਿ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਤੁਸੀਂ ਬਾਥਿੰਗ ਰੂਟੀਨ ਕੀ ਹੋਏਗੀ ਉਹਨਾਂ ਦੀ ਅਤੇ ਉਹਦੇ ਕੀ ਟੌਪ 10 ਰੂਲਸ ਹੈ। ਨੰਬਰ 1, ਯੂਜ਼ ਲਿਊਕ ਵਾਰਮ ਵਾਟਰ, ਕੋਸਾ ਕੋਸਾ ਪਾਣੀ ਯੂਜ਼ ਕਰੋ, ਨਾ ਨੈਦਰ ਟੂ ਕੋਲਡ ਔਰ ਨੋਟ ਟੂ ਹੋਟ, ਨਾ ਜ਼ਿਆਦਾ ਠੰਡਾ ਹੋਵੇ ਨਾ ਜ਼ਿਆਦਾ ਗਰਮ। ਲੈਟ ਯੂਅਰ ਚਾਈਲਡ ਬਾਥ ਫੋਰ ਨੋਟ ਮੋਰ ਦੈਨ 5 ਮਿੰਟ, 5 ਮਿੰਟ ਤੋਂ ਵੱਧ ਬੱਚੇ ਨੂੰ ਨਾ ਨਵਾਓ। ਪੈਟ ਡਰਾਈ ਦਾ ਬਾਡੀ ਐਂਡ ਹੈਡ ਆਫਟਰ ਵਾਸ਼ਿੰਗ, ਚੰਗੀ ਤਰ੍ਹਾਂ ਬਾਡੀ ਨੂੰ ਸੁਕਾ ਲਓ ਅਤੇ ਸਿਰ ਨੂੰ ਵਾਸ਼ਿੰਗ ਤੋਂ ਬਾਅਦ ਡਰਾਈ ਦੀ ਫੋਲਡ ਆਫ ਸਕਿਨ ਪ੍ਰੋਪਰਲੀ, ਜਿਹੜੇ ਫੋਲਡ ਹਨ ਐਗਜ਼ਿਲਾ ਦੇ ਜਿੱਥੇ ਦੀ ਸਕਿਨ ਫੋਲਡ ਹੁੰਦੀ ਹੈ ਉਸਨੂੰ ਪ੍ਰੋਪਰ ਸੁਕਾਓ, ਕਿਤੇ ਫੰਗਸ ਨਾ ਆ ਜਾਏ। ਆਲਵੇਜ਼ ਯੂਜ਼ ਫਰੈਸ਼ ਟਾਵਲ, ਫਰੈਸ਼ ਟਾਵਲ ਵਰਤੋ ਉਹਨਾਂ ਵਾਸਤੇ, ਬੱਚਿਆਂ ਵਾਸਤੇ। ਯੂਜ਼ਿੰਗ ਟੂ ਮੱਚ ਸੋਪ ਵਿਲ ਡਰਾਈ ਆਊਟ ਦਾ ਸਕਿਨ ਐਂਡ ਕੋਜ਼ ਅਲਰਜੀ, ਜ਼ਿਆਦਾ ਸਾਬਣ ਯੂਜ਼ ਕਰੋਗੇ ਤਾਂ ਸਕਿਨ ਜਿਹੜੀ ਹੈਗੀ ਉਹਦੀ ਅਲਰਜੀ ਹੋ ਜਾਏਗੀ ਜਾਂ ਡਰਾਈ ਹੋ ਜਾਏਗੀ। ਯੂਜ਼ ਮਾਇਲਡ ਸੋਪ, ਬਹੁਤ ਸਟਰੋਂਗ ਸੋਪ ਵੀ ਨਹੀਂ ਚਾਹੀਦੇ ਕਿਉਂਕਿ ਸੋਪ ਵਿੱਚ ਅਲਕਲੀ ਹੁੰਦੀ ਹੈ, ਮਾਇਲਡ ਡਿਗਰੀ ਦੇ ਸੋਪ ਚਾਹੀਦੇ। ਔਰ ਸਪੈਸ਼ਲੀ ਫਾਰਮੂਲੇਟਡ ਬੇਬੀ ਸ਼ਾਵਰ ਜੈਲ ਜਾਂ ਬੇਬੀ ਸ਼ਾਵਰ ਜੈਲ ਮਿਲਦੀ ਹੈ ਉਹਨੂੰ ਯੂਜ਼ ਕਰਨਾ ਚਾਹੀਦਾ ਹੈ। ਯੂਜ਼ਿੰਗ ਟੈਲਕਮ ਪਾਊਡਰ ਆਫਟਰ ਬਾਥ ਇਜ਼ ਨੋਟ ਰੀਅਲ ਨੈਸੈਸਰੀ, ਤੁਹਾਨੂੰ ਟੈਲਕਮ ਪਾਊਡਰ ਦੀ ਜ਼ਿਆਦਾ ਵਰਤੋਂ ਕਰਨ ਦੀ ਨਹਾਉਣ ਤੋਂ ਬਾਅਦ ਲੋੜ ਨਹੀਂ ਹੈ, ਮੈਂਡੇਟਰੀ ਨਹੀਂ ਹੈ। ਆਲਵੇਜ਼ ਡਰਾਈ ਦਾ ਹੇਅਰ ਆਫਟਰ ਹੈੱਡ ਸ਼ਾਵਰ, ਜਦੋਂ ਵੀ ਸਿਰ ਤੇ ਪਾਣੀ ਪਾਓ ਤਾਂ ਉਹਨੂੰ ਡਰਾਈ ਕਰਨਾ ਚਾਹੀਦਾ। ਯੂਜ਼ ਏ ਹੇਅਰ ਡਰਾਇਰ ਔਨ ਮੀਡੀਅਮ ਹੌਟ ਸੈਟਿੰਗ ਫੋਰ ਬੇਬੀਜ਼, ਮੀਡੀਅਮ ਹੇਅਰ ਡਰਾਇਰ ਦੀ ਸਪੀਡ ਹੋਣੀ ਚਾਹੀਦੀ ਹੈ, ਜ਼ਿਆਦਾ ਗਰਮ ਨਾ ਕਰੋ, ਫੁੱਲ ਸਪੀਡ ਤੇ ਨਾ ਕਰੋ, ਉਹਦੀ ਮੀਡੀਅਮ ਹੌਟ ਸੈਟਿੰਗ ਹੋਵੇ। 7th point, ਮਾਇਸਚਰਾਈਜ਼ ਯੂਅਰ ਬੇਬੀ ਸਕਿਨ ਆਫਟਰ ਈਚ ਬਾਥ, ਬੱਚੇ ਦੇ ਮਾਇਸਚਰਾਈਜ਼ਰ ਜ਼ਰੂਰ ਲਗਾਓ ਬਾਥਿੰਗ ਤੋਂ ਬਾਅਦ। ਔਰਗੈਨਿਕ ਕੋਕੋਨਟ ਆਇਲ ਇਜ਼ ਵੰਡਰਫੁੱਲ ਕੈਮੀਕਲ ਫਰੀ ਮਾਇਸਚਰ, ਤਾਂ ਮਾਇਸਚਰਾਈਜ਼ਰ ਜਿਹੜਾ ਸਭ ਤੋਂ ਬੈਸਟ ਹੈ ਔਰਗੈਨਿਕ ਕੋਕੋਨਟ ਖੋਪੇ ਦਾ ਤੇਲ ਹੈ ਜਿਹੜਾ ਵੰਡਰਫੁੱਲ ਕੈਮੀਕਲ ਫਰੀ, ਉਹਦੇ 'ਚ ਕੋਈ ਕੈਮੀਕਲ ਰਸਾਇਣ ਨਹੀਂ ਹੁੰਦਾ ਅਤੇ ਮਾਇਸਚਰਾਈਜ਼ਰ ਬਹੁਤ ਚੰਗਾ ਹੈਗਾ। ਡੂ ਨੋਟ ਪੁੱਟ ਈਅਰਬਡਸ ਔਰ ਕਲੋਥ ਇਨ ਯੂਅਰ ਚਾਈਲਡ ਈਅਰ ਕੈਨਾਲ, ਉਹਦੇ ਕੰਨਾਂ ਦੀ ਜਿਹੜੀ ਕੈਨਾਲ ਹੈ ਉਹਦੇ ਵਿੱਚ ਕੋਈ ਈਅਰਬਡਸ ਜਾਂ ਕਲੋਥ ਨਾ ਪਾਓ, ਨਾ ਹੀ ਉਹਦੀ ਨਾਸਾਂ ਵਿੱਚ, ਨੋਸਟ੍ਰਿਲ ਵਿੱਚ, ਨਾ ਹੀ ਕਿਸੇ ਹੋਰ ਸੁਰਾਖ ਵਿੱਚ, ਓਰੀਫਿਸ ਵਿੱਚ। ਇਫ ਯੂ ਸੀ ਐਵੀਡੈਂਸ ਆਫ ਨੋਨ ਔਰਗੈਨਿਕ ਡਰਟ ਔਰ ਇਨਫੈਕਸ਼ਨ, ਅਗਰ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਇਨਫੈਕਸ਼ਨ ਤੋਂ ਇਲਾਵਾ ਕਿਤੇ ਨੋਨ ਔਰਗੈਨਿਕ ਡਰਟ ਹੈਗੀ, ਤਾਂ ਤੁਸੀਂ ਇਟ ਇਜ਼ ਬੈਸਟ ਟੂ ਸੀਕ ਅਟੈਂਸ਼ਨ ਫੋਰ ਮੈਡੀਕਲ ਪ੍ਰੋਫੈਸ਼ਨਲ, ਮੈਡੀਕਲ ਪ੍ਰੋਫੈਸ਼ਨਲ ਕੋਲ ਬੱਚੇ ਨੂੰ ਜ਼ਰੂਰ ਇੱਕ ਵਾਰੀ ਦਿਖਾਉਣਾ ਹੈ। ਕੀਪ ਯੂਅਰ ਚਾਈਲਡ ਬਾਥ ਪ੍ਰੋਡਕਟਸ ਇਨ ਏ ਕਲੀਅਰ ਏਅਰੀ ਡਰਾਅਰ ਐਂਡ ਮੇਕ ਸ਼ੋਰ ਦੇ ਆਰ ਵਾਸ਼ ਰੈਗੂਲਰਲੀ, ਜਿਹੜੇ ਵੀ ਬੱਚੇ ਦੀ ਨਹਾਉਣ ਵਾਲੀਆਂ ਪ੍ਰੋਡਕਟਸ ਹਨ ਉਹਨੂੰ ਕਲੀਅਰ ਏਅਰੀ ਡਰਾਅਰ ਯਾਨੀ ਕਿ ਹਵਾ ਦੇ ਨਾਲ ਸੁਕਾਏ ਹੋਣ ਅਤੇ ਉਹ ਜਿਹੜਾ ਡਰਾਅਰ ਹੈ ਉਹਦੇ 'ਚ ਹਵਾ ਆਉਂਦੀ ਜਾਂਦੀ ਹੋਵੇ, ਇਹ ਨਾ ਹੋਵੇ ਕਿ ਕਿਤੇ ਡੰਪ ਜਗ੍ਹਾ 'ਤੇ ਪਈ ਹੋਵੇ ਅਤੇ ਉਹਦੇ ਵਿੱਚ ਮਾਇਸਚਰਾਈਜ਼ਰ ਦੇ ਨਾਲ ਮਾਇਸਚਰ ਆਉਣ ਦੇ ਨਾਲ ਫੰਗਸ ਆ ਜਾਏ, ਉੱਲੀ ਆ ਜਾਏ ਅਤੇ ਸਕਿਨ ਦੀ ਬਿਮਾਰੀ ਹੋ ਜਾਏ। ਮੇਕ ਸ਼ੋਰ ਦੇ ਆਰ ਵਾਸ਼ ਰੈਗੂਲਰਲੀ, ਇਹ ਵੀ ਧਿਆਨ ਰੱਖਣਾ ਕਿ ਉਹ ਰੈਗੂਲਰਲੀ ਵਾਸ਼ ਹੁੰਦੇ ਹੋਣ। 10th point ਜਿਹੜਾ ਬਹੁਤ ਹੀ ਇੰਪੋਰਟੈਂਟ ਹੈ, ਯੂਅਰ ਚਾਈਲਡ ਪ੍ਰਾਈਵੇਟ ਪਾਰਟਸ ਮਸਟ ਬੀ ਵਾਸ਼ ਜੈਂਟਲੀ, ਜਿਹੜੇ ਬੱਚੇ ਦੇ ਗੁਪਤ ਅੰਗ ਹਨ ਉਹਨਾਂ ਨੂੰ ਪ੍ਰੋਪਰ ਵਾਸ਼ ਕਰਨਾ ਹੈ ਪਰ ਆਰਾਮ ਨਾਲ। ਐਂਡ ਸ਼ੁੱਡ ਨੋਟ ਯੂ ਸ਼ੁੱਡ ਐਜੂਕੇਟ ਯੂਅਰ ਚਾਈਲਡ ਟੂ ਡੂ ਦਿਸ ਬਾਏ ਦੈਮਸੈਲ ਵਾਂਸ ਦੇ ਬਿਕਮ ਓਲਡਰ, ਜਿਉਂ ਜਿਉਂ ਬੱਚੇ ਵੱਡੇ ਹੁੰਦੇ ਹਨ ਉਹਨਾਂ ਨੂੰ ਸਿਖਾਓ, ਕੀ ਸਿਖਾਉਣਾ ਹੈਗਾ ਕਿ ਬੱਚੇ ਪ੍ਰਾਈਵੇਟ ਪਾਰਟਸ ਨੂੰ ਖੁਦ ਵਾਸ਼ ਕਰਨ ਤਾਂ ਕਿ ਅੱਗੇ ਜਾ ਕੇ ਉਹਨਾਂ ਨੂੰ ਪ੍ਰੋਬਲਮ ਨਾ ਆਵੇ, ਉਹ ਹੈਂਡੀਕੈਪ ਨਾ ਹੋਣ। ਉਨੀ ਕੀ ਤੁਸੀਂ ਬੱਚੇ ਨੂੰ ਐਜੂਕੇਸ਼ਨ ਦੇਣੀ ਹੈ ਜਿੰਨੀ ਕੀ ਉਹਦੇ ਲਈ ਜ਼ਰੂਰਤ ਹੈ। ਤਾਂ ਮੈਂ 10th point ਫਿਰ ਦੁਬਾਰਾ ਤੁਹਾਨੂੰ ਦੱਸਦਾ ਹੈਗਾ, ਯੂਅਰ ਚਾਈਲਡ ਪ੍ਰਾਈਵੇਟ ਪਾਰਟ ਮਸਟ ਬੀ ਵਾਸ਼ ਜੈਂਟਲੀ ਐਂਡ ਯੂ ਸ਼ੁੱਡ ਐਜੂਕੇਟ ਯੂਅਰ ਚਾਈਲਡ ਟੂ ਡੂ ਸੋ ਦਿਸ ਬਾਏ ਦੈਮਸੈਲਫ ਵਾਂਸ ਦੇ ਬਿਕਮ ਓਲਡਰ। ਤਾਂ ਦੋਸਤੋ, ਇਹ ਅੱਜ ਲਈ ਤੁਹਾਡੀ ਨੈਣੀ ਦੇ ਬੱਚਿਆਂ ਲਈ, ਜਿਹੜੇ ਕਿ ਨੈਣੀ ਬੱਚੇ ਅਮੈਰੀਕਾ, ਆਸਟ੍ਰੇਲੀਆ, ਕੈਨੇਡਾ ਜਾਂਦੇ ਹੈਗੇ, ਤਾਂ ਉਹਨਾਂ ਨੂੰ ਅਕਸਰ ਇਹ ਕੁਐਸਚਨ ਪੁੱਛਿਆ ਜਾਂਦਾ ਹੈਗਾ ਕਿ ਉਹ ਬੱਚੇ ਨੂੰ ਕੀ ਟੌਪ 10 ਰੂਲਸ ਹੈ ਉਹਨਾਂ ਵਿੱਚ ਨਹਾਉਣ ਦਾ। ਦੂਸਰਾ, ਇਹਦੇ ਵਿੱਚ ਮੈਂ ਇੱਥੇ ਬਾਥ ਟੱਬ ਰੂਲਸ ਵੀ ਯਾਦ ਰੱਖੋ, ਯੂ ਆਰ ਕਨਵਿੰਸਡ ਦੈਟ ਬਾਥ ਟੱਬ ਦੈਟ ਇਜ਼ ਸਪੈਸਿਫਿਕਲੀ ਡਿਜ਼ਾਈਨਡ ਐਂਡ ਮਾਰਕੀਟਿਡ ਫੋਰ ਬੇਬੀਜ਼ ਐਂਡ ਟੋਡਲਰ ਇਜ਼ ਦਾ ਵੇ ਟੂ ਗੋ।
ਦੂਸਰਾ ਦਿਸ ਇਜ਼ ਦੀ ਗ੍ਰੇਟ ਐਸ ਦਿਸ ਮੀਨ ਯੂਅਰ ਚਾਈਲਡ ਵਿਲ ਨਾਓ ਐਸੋਸੀਏਟ ਬਾਥ ਟਾਈਮ ਵਿਦ ਫਨ ਐਂਡ ਫਰੋਲਿਕ। ਕੋਸ਼ਿਸ਼ ਕਰੋ ਟੱਬ ਵਿੱਚ ਜਦੋਂ ਵੀ ਨਹਾਓ ਬੱਚੇ ਨੂੰ ਤਾਂ ਉਹਨੂੰ ਕੋਈ ਨਾ ਕੋਈ ਇਕੱਲਾ ਨਾ ਹੋਏ। ਕਿਡ ਸ਼ੁੱਡ ਨੈਵਰ ਬੀ ਅਲਾਊਡ ਟੂ ਬੀ ਅਲੋਨ ਇਨ ਬਾਥ ਟੱਬ, ਦੇ ਸ਼ੁੱਡ ਆਲਵੇਜ਼ ਬੀ ਸੁਪਰਵਾਈਜ਼। ਓਨਲੀ ਅਡਲਟ ਸ਼ੁੱਡ ਹੈਵ ਰਿਸਪੋਂਸੀਬਿਲਿਟੀ ਆਫ ਫਿਲਿੰਗ ਦੀ ਬਾਥ ਟੱਬ। ਬਾਥ ਟੱਬ ਨੂੰ ਖੁਦ ਤੁਸੀਂ ਭਰਨਾ ਹੈ ਅਡਲਟ ਨੇ, ਤੇ ਟੈਂਪਰੇਚਰ ਨੂੰ ਐਲਬੋ ਦੇ ਨਾਲ ਟੱਚ ਕਰਕੇ ਦੇਖਣਾ ਹੈਗਾ ਕਿ ਉਹ 75 ਤੋਂ 100 ਡਿਗਰੀ ਫਾਰਨਹਾਈਟ ਤੋਂ ਵੱਧ ਨਾ ਹੋਵੇ। ਟੂ ਬਾਥ ਬੇਬੀ ਵਨ ਕੈਨ ਯੂਜ਼ ਥਰਮੋਸਟੈਟ ਸੈਟ ਟੂ ਅਰਾਊਂਡ 100 ਐਫ ਔਰ ਟੱਚ ਦਾ ਵਾਟਰ ਵਿਦ ਐਲਬੋ, ਤਾਂ ਕਿ ਲਿਊਕ ਵਾਰਮ ਵਾਟਰ ਹੋਣਾ ਚਾਹੀਦਾ ਹੈ। ਤੇ ਇਹ ਮੋਬਾਈਲ ਬਾਥ ਟੱਬ ਇਜ਼ ਗ੍ਰੇਟ ਇਨਵੈਸਟਮੈਂਟ। ਜਿਹੜਾ ਮੋਬਾਈਲ ਬਾਥ ਟੱਬ ਹੈ ਉਹ ਥੋੜ੍ਹਾ ਜਿਹਾ ਮਹਿੰਗਾ ਆਉਂਦਾ, ਪਰ ਇਹਦਾ ਫਾਇਦਾ ਇਟ ਕੈਨ ਬੀ ਡਰੈਗਡ ਇਨਡੋਰਸ ਐਂਡ ਆਊਟਡੋਰਸ ਐਟ ਵਿਲ। ਟੇਕ ਯੂਅਰ ਚਾਈਲਡ ਸ਼ੋਪਿੰਗ ਐਂਡ ਬਾਏ ਦੈਮ ਰਬਰ ਟੋਇਜ਼ ਲਾਈਕ ਏ ਫਨ ਡੋਲਫਿਨ ਔਰ ਚੀਅਰਫੁਲ ਡਕ ਵਿਚ ਕੈਨ ਬਿਕਮ ਯੂਅਰ ਚਾਈਲਡਸ ਨਿਊ ਬਾਥ ਟਾਈਮ ਪਲੇਮੇਟਸ। ਬੱਚਿਆਂ ਨੂੰ ਕੋਈ ਖਿਡੌਣੇ ਲਿਆ ਦਿਉ ਤਾਂ ਕਿ ਜਦੋਂ ਉਹ ਨਾਣ ਤੋਂ ਕਿਤੇ ਬੋਧਰ ਨਾ ਕਰਨ ਤਾਂ ਨੈਚੁਰਲੀ ਉਹਨਾਂ ਨੂੰ ਯਾਦ ਆਉਂਦਾ ਹੈਗਾ ਕਲਰਫੁਲ ਡੱਕ ਜਾਂ ਡੋਲਫਿਨ ਦਾ, ਜਿਸ ਕਰਕੇ ਉਹ ਨਾਣ ਤੋਂ ਘਬਰਾਉਂਦੇ ਨਹੀਂ ਹੈਗੇ। ਦੋਸਤੋ, ਕੋਈ ਨਾ ਕੋਈ ਨਾਲ ਪੋਇਮ ਬੋਲਦੀ ਰਹਿਣੀ ਚਾਹੀਦੀ ਹੈ, ਕੋਈ ਸਟੋਰੀ ਸੁਣਾਉਂਦੇ ਰਹਿਣਾ ਚਾਹੀਦਾ ਤਾਂ ਕਿ ਬੱਚਾ ਨਾਣ ਤੋਂ ਡਰੇ ਨਾ। ਫਿਰ ਇਹ ਡਿਪੈਂਡ ਜ਼ਰੂਰ ਕਰਦਾ ਹੈਗਾ ਕਿ ਤੁਸੀਂ ਜਿਹੜੀ ਟੈਕਨੀਕ ਯੂਜ਼ ਕਰ ਰਹੇ ਹੋ ਉਹ ਕਿਹੜੀ ਹੈ। ਟੈਕਨੀਕ ਬੇਸਿਕਲੀ ਉਹੀ ਸੇਮ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ, ਤੇ ਜਿਹੜੀ ਫ੍ਰੀਕੁਐਂਸੀ ਹੈ ਬੱਚੇ ਦੀ ਤਾਂ ਉਹ ਵੀ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਹਾਓ ਓਫਨ ਦੇ ਬਾਅਦ। ਦਿਸ ਡਿਪੈਂਡ ਔਨ ਹਾਓ ਐਕਟਿਵ ਯੂਅਰ ਚਾਈਲਡ ਇਜ਼ ਔਨ ਏਜ, ਉਹ ਕਿੰਨਾ ਗਤੀਸ਼ੀਲ ਹੈ। ਨਿਊਬੋਰਨਸ ਨਵੇਂ ਸ਼ਿਸ਼ੂ ਜਿਹੜੇ ਹੈਗੇ ਉਹ ਟਵਾਈਸ ਔਰ ਥਰਾਈਸ ਵੀਕ ਦੇ ਵਿੱਚ ਨਵਾਏ ਜਾਂਦੇ ਹੈ। ਜੈਂਟਲ ਸਪੰਜ ਬਾਥ ਕੈਨ ਬੀ ਗਿਵਨ ਡੇਲੀ ਟੂ ਬਾਥ ਬੇਬੀਜ਼। ਵਨ ਕੈਨ ਯੂਜ਼ ਥਰਮੋਸਟੈਟ 100 ਡਿਗਰੀ ਫਾਰਨਹਾਈਟ ਦਾ ਟੈਂਪਰੇਚਰ ਤੱਕ ਹੋਣਾ ਚਾਹੀਦਾ। ਐਲਬੋ ਨਾਲ ਟੈਸਟ ਕਰਨਾ ਚਾਹੀਦਾ। ਇਟ ਸ਼ੁੱਡ ਮਾਈਲਡਲੀ ਵਾਰਮ, ਚੇਂਜ ਡਾਇਪਰ ਓਫਨ। ਜਿਹੜੇ ਡਾਇਪਰ ਹੈ ਉਹ ਆਮ ਤੌਰ ਤੇ ਕਰਦੇ ਰਹੋ ਚੇਂਜ, ਕਿਉਂਕਿ ਬੈਕਟੀਰੀਆ ਤੇ ਯੀਸਟ ਮੇ ਕੋਜ਼ ਇਨਫੈਕਸ਼ਨ। ਇਟ ਆਲਵੇਜ਼ ਰਿਕਮੈਂਡ ਟੂ ਗਿਵ ਏ ਬੇਬੀ ਅ ਲਾਈਟ ਵਾਸ਼ ਆਫਟਰ ਸੋਇਲ ਡਾਇਪਰ। ਜਦੋਂ ਵੀ ਉਹ ਮਿੱਟੀ ਕੱਟਾ ਡਾਇਪਰ ਤੇ ਲਗਾ ਲੈਣ ਉਹਨੂੰ ਜੈਂਟਲ ਲਾਈਟ ਵਾਸ਼ ਜ਼ਰੂਰ ਦੇਣੀ ਚਾਹੀਦੀ ਹੈ। ਸਕੂਲ ਗੋਇੰਗ ਟੋਡਲਰਸ ਗੈਟ ਡਰਟੀ ਬਾਈ ਪਲੇਇੰਗ ਇਨ ਸੈਂਡ ਮੱਡ ਔਰ ਅਦਰ ਸਪੋਰਟਸ ਐਕਟੀਵਿਟੀ ਐਂਡ ਹੈਜ਼ ਨੀਡ ਟੂ ਬਾਥ ਡੇਲੀ। ਜਿਹੜੇ ਬੱਚੇ ਟੋਡਲਰ ਹੈਗੇ ਸਕੂਲ ਗੋਇੰਗ ਹੈ ਉਹ ਗੰਦੇ ਬੰਦੇ ਹੋ ਜਾਂਦੇ ਹੈ ਕਿਉਂਕਿ ਉਹ ਸੈਂਡ ਮੱਡ ਤੇ ਹੋਰ ਸਪੋਰਟ ਐਕਟੀਵਿਟੀ ਕਰਦੇ ਹੈ। ਇਸ ਕਰਕੇ ਉਹਨਾਂ ਬੱਚਿਆਂ ਨੂੰ ਡੇਲੀ ਬਾਥ ਲੈਣਾ ਚਾਹੀਦਾ ਤੇ ਡਿਪੈਂਡ ਕਰਦਾ ਹੈਗਾ ਕਿ ਬੱਚੇ ਦੀ ਐਕਟੀਵਿਟੀ ਕਿੰਨੀ ਹੈਗੀ। ਦੋਸਤੋ, ਇਹ ਬਾਥਿੰਗ ਦੇ ਕੁਝ ਟਿਪਸ ਹਨ ਜੋ ਕਿ ਨੈਨੀ ਦੇ ਵਿੱਚ ਤੁਹਾਨੂੰ ਪੁੱਛੇ ਜਾ ਸਕਦੇ ਹਨ। ਨੈਨੀ ਦੇ ਕੋਰਸ ਕਰਨ ਉਪਰੰਤ ਐਕਸਪੀਰੀਅੰਸ ਦੌਰਾਨ ਤੁਹਾਨੂੰ ਇੰਪਲਾਇਰ ਵੀ ਪੁੱਛ ਸਕਦਾ ਹੈਗਾ ਕਿਉਂਕਿ ਆਪਣੇ ਬੱਚੇ ਦੀ ਸੇਫਟੀ ਤੇ ਤੁਹਾਨੂੰ ਬੈਸੀ ਕੈਨੇਡਾ ਵੀ ਪੁੱਛ ਸਕਦੀ ਹੈ। ਅੱਛਾ ਲੱਗਿਆ ਤਾਂ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ। ਵੈਬਸਾਈਟ ਹੈ www.paramedicalindia.com। ਇੰਸਟੀਚਿਊਟ ਦਾ ਨੰਬਰ ਹੈ 9872468540 ਤੇ ਐਡਰੈਸ ਹੈਗਾ ਬਾਬਾ ਦੀਪ ਸਿੰਘ ਇੰਡੋ ਅਮੈਰੀਕਨ ਇੰਸਟੀਚਿਊਟ, ਸਰੰਦ ਰੋਡ, ਕਮਲ ਕਲੋਨੀ, ਗਲੀ ਨੰਬਰ 4, ਪਟਿਆਲਾ। ਧੰਨਵਾਦ ਦੋਸਤੋ।